ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹ ਕਈ ਤਰ ਗਏ ਕਈਆਂ ਨੇ ਤਰ ਜਾਣਾ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਖੈਰ ਪਾਓ ਭਾਈ ਬਾਬੇ ਆਇਆ ਲੱਗਦਾ ਕੋਈ ਘਰੇ ਹੈ ਨਹੀਂ ਅੱਗੇ ਚੱਲਦੇ ਹਾਂ ਕੰਮ ਦੀ ਰੁੱਤ ਹੈ ਭਾਈ ਜਿਹੜਾ ਕੋਈ ਘਰੇ ਹੁੰਦਾ ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਸੀ ਆਏ ਦਬਦਾ ਕਿੱਥੇ ਹੈ ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਹੈ ਆਏ ਦਬਦਾ ਕਿੱਥੇ ਹੈ ਬਾਬਾ ਕਿਵੇਂ ਪੈਂਚਰ ਜਿਹਾ ਹੋਇਆ ਫਿਰਦਾ ਸਾਲੇ ਜਵਾਕ ਵੀ ਚੱਕਵੀਂ ਗੱਲ ਹੀ ਕਰਦੇ ਆ ਕਿਸੇ ਨੇ ਸਰਵਿਸ ਕੀਤੀ ਲਾਦੀ ਆ ਉਹ ਤੈਨੂੰ ਕਿਸੇ ਨੇ ਬੋਲਣਾ ਨਹੀਂ ਸਿਖਾਇਆ ਵੀ ਹਾਂ ਬਾਬਿਆਂ ਨਾਲ ਕਿਵੇਂ ਗੱਲ ਕਰੀਦੀ ਆ ਸੀਗਾ ਤੂੰ ਬਾਬਾ ਮੈਨੂੰ ਸਾਰਾ ਪਤਾ ਤੇਰੀ ਸਰਵਿਸ ਕਿਨੇ ਕੀਤੀ ਆ ਕੀ ਪਤਾ ਤੈਨੂੰ ਏ ਸਾਰਾ ਪਤਾ ਤੇਰੀ ਆ ਲੱਤ ਕਿਨੇ ਪੰਨੀ ਆ ਓਏ ਤੁਰ ਜਾ ਮੈਥੋਂ ਕੁਛ ਹੋਰ ਨਾ ਸੁਣ ਲਈ ਸਾਲਾ ਕਿਵੇਂ ਭਕਾਈ ਮਾਰਦਾ ਸਾਲਾ ਹੋਏਗਾ ਤੂੰ ਤੇਰਾ ਪਿਓ ਤੇਰਾ ਦਾਦਾ ਤੇਰਾ ਖਾਨਦਾਨ ਸਾਰੇ ਮੇਰੇ ਸਾਲੇ ਬਸ ਕਰ ਉਹਨਾਂ ਤਾਂ ਮੇਰੀਆਂ ਰਿਸ਼ਤੇਦਾਰੀਆਂ ਨੀ ਜਿੰਨਿਆਂ ਨੂੰ ਤੂੰ ਸਾਲੇ ਬਣਾ ਲਿਆ ਸਾਲਾ ਲੰਬਰਦਾਰੀ ਦਾ ਬਸ ਆਹੀ ਗੱਲਾਂ ਕਰਕੇ ਤੇਰੀ ਬੂਟੇ ਨੇ ਲੱਤ ਭੰਨੀ ਆ ਇਹਨੂੰ ਤਾਂ ਸਾਰਾ ਹੀ ਪਤਾ ਸੁਬਾ ਸੁਬਾ ਕਿੱਥੇ ਮੱਥੇ ਲੱਗ ਗਿਆ
ਹਜੇ ਤਾਂ ਬੋਣੀ ਵੀ ਨਹੀਂ ਕੀਤੀ। ਉਹ ਬਾਬਾ ਚੰਗਾ ਰਹਿਣਾ ਤਾਂ ਬਹਿ ਬਹਿ ਕੇ ਨਿਕਲ ਚੱਲ। ਕਿੱਡਾ ਝੋਟੇ ਅਰਗਾ ਪਿਆ, ਇਹ ਲੋਕ ਕੰਮ ਕਰਕੇ ਜਮਾ ਨੀ ਰਾਜੀ। ਉਹ ਮੈਂ ਤਾਂ ਕੰਮ ਹੀ ਭੁੱਲ ਗਿਆ, ਇਸ ਪਖੰਡੀ ਨਾਲ ਮੱਥਾ ਲਾ ਕੇ। ਬੜਾ ਬਚਿਆ ਬਾਬੇ ਅੱਜ ਤਾਂ, ਅੱਜ ਕੱਲ ਦੇ ਜਵਾਕ ਬਾਰਿਸ਼ ਤਾਂ। ਤੇਰਾ ਯਾਰ ਡਿਫਾਲਟਰ ਤਾਂ ਹੋਇਆ, ਆਏ ਆਏ ਕੁਝ ਬੰਦੇ ਡਿਫਾਲਟਰ ਟੱਕਰ ਗਏ, ਆਏ ਤੇਰਾ ਯਾਰ ਡਿਫਾਲਟਰ ਤਾਂ ਹੋਇਆ, ਕੁਝ ਬੰਦੇ ਡਿਫਾਲਟਰ ਟੱਕਰ ਗਏ, ਆਏ ਹਾਂ। ਕੋਈ ਨਾਥਾ, ਆ ਤਾਂ ਉਹ ਹੀ ਘਰ ਲੱਗਦਾ ਜਿੱਥੇ ਨਾਮ ਜਪ ਲੈਣ ਮਾਣੀਏ ਜਿੰਦੇ, ਔਖੇ ਵੇਲੇ ਕੰਮ ਆਊਗਾ। ਭਗਤੋ ਘਰੇ ਆ, ਬਾਬੇ ਆਏ ਆ ਭਾਈ, ਕੁਛ ਪਾਓ ਬਾਬਿਆਂ ਨੂੰ। ਅੱਜ ਤਾਂ ਨਵੀਂ ਵਿਆਹੀ ਦੇ ਹੱਥੋਂ ਦਾਣੇ ਮਿਲਣਗੇ। ਲਿਆ ਜਾ ਤੀਵੇਂ ਪਾਰਨਾ ਦਾਣੇ, ਚੱਲ ਤੂੰ ਪਾ ਦੇ। ਲੈ ਬਾਬਾ ਕਰ ਝੋਲੀ, ਗਾਂ ਕੀ ਦੇਖੀ ਜਾਂਦਾ। ਬਾਬਾ ਕਰ ਲਾ ਝੋਲੀ ਹੁਣ, ਅੱਧਰ ਕੀ ਦੇਖੀ ਜਾਂਦਾ। ਆ ਨਵੀਂ ਵਿਆਹੀ ਆ। ਆਹੋ ਇਹ ਮੇਰੀ ਨਵੀਂ ਚਾਚੀ ਆ। ਇਹ ਤੋਂ ਹੀ ਦਾਣੇ ਪਵਾ ਦਿੰਦਾ, ਇਸ ਬਹਾਨੇ ਨਵੀਂ ਵਿਆਹੀ ਬਹੂ ਦਾ ਮੂੰਹ ਦੇਖ ਲੈਂਦੇ। ਖੜ ਜਾ, ਨਾਲੇ ਚਾਚੀ ਦਾ ਮੂੰਹ ਦਿਖਾਉਣਾ, ਨਾਲੇ ਤੈਨੂੰ ਦਿਖਾਉਣਾ ਡਾਂਗਾ। ਲੈ ਵੀ ਬਾਬਾ, ਬਹਿ ਬਹਿ ਕੇ ਨਿਕਲ ਚੱਲ, ਲੱਗਦਾ ਤੇਰੀ ਖੈਰ ਨੀ। ਆਇਆ ਹੈ ਵੱਡਾ ਬਾਬਾ, ਚੰਗਾ ਹੋ ਗਿਆ ਚਲਾ ਗਿਆ, ਨਹੀਂ ਤਾਂ ਅੱਜ ਦੀ ਮੈਂ ਲਾਤੀ ਭੰਨ ਦੇਣੀ ਸੀ। ਚੱਲ ਆ ਜਾ ਹਰਮਨ, ਜਾਣ ਦੇ ਗੁੱਸੇ ਨੂੰ। ਲੋਕਾਂ ਦੇ ਘਰਾਂ ਵਿੱਚ ਜਾ ਕੇ ਪੁੱਠਾ ਹੀ ਬੋਲਦਾ, ਇਹ ਜ਼ਰੂਰ ਕਿਸੇ ਤੋਂ ਲੱਤ ਭਣਾਊ। ਕਈ ਤਰ ਗਏ ਕਈਆਂ ਨੇ ਤਰ ਜਾਣਾ, ਜਿਨ੍ਹਾਂ ਨੇ ਤੇਰਾ ਨਾਮ ਜਪਿਆ। ਮਹਾਰਾਜ ਰਾਜੀ ਰੱਖੇ। ਲਿਆਓ ਭਾਈ ਆਟਾ ਦਾਣਾ, ਬਾਬੇ ਆਏ ਆ। ਬਾਬਾ ਹੈ ਨੀ ਘਰੇ ਕੋਈ, ਬਾਬਿਆਂ ਨੂੰ ਖਾਲੀ ਨੀ ਮੋੜੀ ਦਾ ਬੱਚਾ। ਤੂੰ ਜਾਣਾ ਕਿ ਲਾਵਾਂ ਛਿੱਤਰ ਆ ਜਾਂਦੇ ਵਿਹਲੇ ਬੈਠੇ ਮੰਗਣ। ਚੰਗਾ ਭਾਈ ਤੇਰੀ ਮਰਜ਼ੀ, ਅੱਜ ਤਾਂ ਦਿਨ ਮਾੜਾ ਹੀ ਚੜਿਆ, ਸਵੇਰ ਦੀ ਬੋਣੀ ਵੀ ਨਹੀਂ ਕੀਤੀ। ਆਰਾਮ ਨਹੀਂ ਕਰਨ ਦਿੰਦੇ 10 ਮਿੰਟ। ਤੀਜੇ ਦਿਨ ਉਸ ਕੇ ਪੇਕੇ ਭੱਜ ਜਾਂਦੀ ਆ, ਕੀ ਆਖਿਆ ਇਹੋ ਜਨਾਨੀ ਨੂੰ? ਜੇ ਕਹਿੰਦੇ ਆ ਨਾ ਜਨਾਨੀਆਂ ਸੁਣਦੀਆਂ ਨਾ ਸਰਕਾਰਾਂ ਸੁਣਦੀਆਂ।
ਸਰਕਾਰ ਨੇ ਪਹਿਲ ਜਾਣੇ ਦਿੱਤੀ ਆ ਜਿਹਦੇ ਕੋਲ ਡਾਕਟਰ ਜੇ। ਖੈਰ ਪਾਓ ਭਾਈ ਬਾਬਿਆਂ ਨੂੰ ਬਾਬੇ ਆਇਆ। ਬੱਚਾ ਘਰੇ ਆ, ਆਇਓ ਬਾਬਿਓ ਘਰੇ ਆ। ਬੱਚੇ ਘਰੇ ਲੱਗਦੇ ਆ। ਲੈ ਬਈ ਨਾਥਾ, ਤੇਰੇ ਭੋਜਨ ਦਾ ਪ੍ਰਬੰਧਤਾ ਹੋ ਗਿਆ। ਬਾਬਾ ਕਿਵੇਂ ਆਇਆ? ਆਇਆ ਆਇਆ ਬੱਚਾ ਤੁਰ ਕੇ। ਆਏ ਓਹੋ, ਉਹ ਮੇਰਾ ਮਤਲਬ ਕੀ ਚਾਹੀਦਾ ਤੈਨੂੰ? ਬੱਚਾ ਭੁੱਖ ਲੱਗੀ ਆ, ਕੁਛ ਖਾਣ ਨੂੰ ਮਿਲ ਜੂ? ਹਾਂ ਬਾਬਾ, ਖਾਣ ਨੂੰ ਤਾਂ ਹੈ ਨਹੀਂ, ਅਸਲ ਮੈਂ ਮੇਰੇ ਘਰ ਵਾਲੀ ਪੇਕੇ ਗਈ ਆ ਲੜਕੇ, ਹੋਰ ਕੋਈ ਸੇਵਾ ਦੱਸ ਖਾਣ ਤੋਂ ਬਿਨਾਂ। ਬੱਚਾ ਜੇ 5-7 ਰੋਟੀਆਂ ਮਿਲ ਜਾਂਦੀਆਂ ਤਾਂ ਮੈਂ ਆਸ਼ਾ ਲੈ ਕੇ ਆਇਆ ਸੀ। ਆਸ਼ਾ? ਆਸ਼ਾ ਕਿੱਥੇ? ਆਸ਼ਾ ਛੇਤੀ ਵਾਜ ਮਾਰ ਆਸ਼ਾ ਨੂੰ। ਇਹਨੂੰ ਕੀ ਹੋ ਗਿਆ? ਓਏ ਆਸ਼ਾ ਕੋਈ ਜਨਾਨੀ ਨਹੀਂ। ਹਾਂ ਆਸ਼ਾ ਮਤਲਬ ਉਮੀਦ, ਮੈਂ ਤੇਰੇ ਤੇ ਉਮੀਦ ਕਰਕੇ ਆਇਆ ਸੀ। ਮੈਨੂੰ ਲੱਗਦਾ ਤੂੰ ਜਨਾਨੀ ਸਮਝ ਗਿਆ। ਮੈਂ ਤਾਂ ਵੈਸੇ ਉਹੀ ਸਮਝ ਗਿਆ ਸੀ, ਮੇਰੇ ਘਰਵਾਲੀ ਦਾ ਨਾਂ ਵੀ ਆਸ਼ਾ ਹੀ ਹੈ ਨਾ। ਨਾ ਨਾ ਬੱਚਾ ਨਾ, ਅਸੀਂ ਤਾਂ ਰੱਬ ਦੇ ਭਗਤ ਹਾਂ, ਭੁੱਖ ਲੱਗੀ ਸੀ, ਕੋਈ ਲੱਸੀ ਪਿਆ ਦੇ, ਕੋਈ ਦਹੀਂ ਪਿਆ ਦੇ, ਜਾਂ ਘਰੇ ਕੁਛ ਹੋਰ ਹੈਗਾ ਤਾਂ ਉਹ ਖਵਾ ਦੇ। ਹੈ ਨਹੀਂ ਯਾਰ ਸਾਡੇ ਘਰ ਕੁਛ। ਪਾਣੀ ਪਿਆ ਦੇ ਫਿਰ ਬੱਚਾ। ਬਾਬਾ ਨਾ ਸਾਡੇ ਘਰ ਪਾਣੀ, ਨਾ ਆਟਾ, ਨਾ ਦਾਲ, ਕੁਛ ਨਹੀਂ ਹੈ, ਤੂੰ ਜਾ ਬਸ। ਚੱਲ ਯਾਰ, ਹੈ ਨਹੀਂ ਸਾਡੇ ਘਰ ਕੁਛ। ਕੀ ਗੱਲ ਭਗਤਾ, ਗੁੱਸਾ ਕਰ ਗਿਆ? ਚੰਗਾ ਉਹ ਭਗਤਾ, ਤੇਰੀ ਮਰਜ਼ੀ। ਇਹ ਤਾਂ ਮੇਰੇ ਨਾਲ ਵੀ ਕੰਗਾਲ ਲੱਗਦਾ। ਭਗਤਾ ਇੱਕ ਗੱਲ ਆਖਾਂ, ਜੇ ਗੁੱਸਾ ਨਾ ਕਰੇ ਤਾਂ। ਜੇ ਤੂੰ ਗੱਲ ਇਹੋ ਜਿਹੀ ਕੀਤੀ ਨਾ, ਆ ਡਾਂਗ ਦਿੰਦੀ ਆ ਇਹਦੇ ਨਾਲ, ਤੇਰੀ ਲੱਤ ਭੰਨੂ, ਲੱਤ ਭੰਨ ਕੇ ਇੱਥੇ ਡਾਂਗ ਨਾਲ ਤੈਨੂੰ ਤੋਰੂੰਗਾ। ਉਹ ਬਾਬਾ ਗੱਲ ਸੋਚ ਕੇ ਕਰੀ, ਇਹ ਤਾਂ ਬੰਦਾ ਵੀ ਕੱਬੇ ਸੁਭਾਅ ਦਾ ਲੱਗਦਾ। ਨਾ ਤੇਰੇ ਘਰੇ ਤੇਰੇ ਘਰ ਵਾਲੀ, ਗੁੱਸਾ ਨਾ ਕਰੀ। ਨਾ ਤੇਰੇ ਘਰੇ ਆਟਾ, ਨਾ ਦਾਲ, ਗੁੱਸਾ ਨਾ ਕਰੀ। ਨਾ ਲੱਸੀ, ਨਾ ਦਹੀਂ, ਤੇਰੇ ਘਰੇ ਤਾਂ ਭਗਤਾ ਸੱਚੀ ਸਾੜ ਸਤੀ ਪਈ ਆ। ਮੈਂ ਤਾਂ ਇਹ ਕਹਿਣਾ ਸੀ, ਗੁੱਸਾ ਨਾ ਕਰੀ। ਤੂੰ ਵੀ ਮੇਰੇ ਨਾਲ ਹੀ ਰਲ ਜਾ, ਇਕੱਠੇ ਮੰਗਾਂਗੇ ਤੇ ਰੱਜ ਕੇ ਖਾਵਾਂਗੇ, ਤੂੰ ਵੀ ਬਾਬਾ ਬਣ ਜਾ, ਆ ਚੱਲੇ। ਭਗਤਾ ਤੂੰ ਤਾਂ ਗੁੱਸਾ ਹੀ ਕਰ ਗਿਆ। ਨਾ ਹੋਰ ਤੈਨੂੰ ਖੰਡ ਪਾਵਾਂ? ਆਏ ਓਏ, ਉਹ ਤੂੰ ਤਾਂ ਮੇਰੀ ਸੱਚੀ ਲੱਤ ਭੰਨਤੀ। ਆਏ ਮੇਰੀਆਂ ਤਾਂ ਦੋ ਹੀ ਲੱਤਾਂ ਸੀ ਪਿਆਰੀਆਂ ਪਿਆਰੀਆਂ। ਆਏ ਹੁਣ ਮੈਂ ਕਿਵੇਂ ਜਾਊਂਗਾ? ਕਿਸੇ ਦੇ ਘਰੇ ਜਾ ਕੇ ਇਹੋ ਜੀ ਗੱਲ ਨਾ ਕਰੀ। ਆਏ ਓਏ, ਤੂੰ ਤਾਂ ਗੁੱਸਾ ਹੀ ਕਰ ਗਿਆ। ਗੱਲ ਤਾਂ ਹੁਣ ਵੀ ਮੈਂ ਸੋਚ ਕੇ ਕਰੀ ਸੀ। ਤੂੰ ਜਾਣਾ ਕਿ ਦੂਜੀ ਰਾਤੀ ਭੰਨਾ ਤੇਰੀ।
ਉਹ ਜਾਨਾ ਭਗਤਾ ਜਾਨਾ, ਆਏ ਮਾਰ ਸੁੱਟਿਆ ਇੱਕ ਤਾਂ ਪਹਿਲੇ ਘਰ ਵਾਲੀ ਤੰਗ, ਉਹ ਤਾਂ ਪਖੰਡੀ ਸਾਧ ਆ ਜਾਂਦਾ ਤੰਗ ਕਰਨ ਵਾਸਤੇ। ਆਏ ਓਏ ਆਏ ਆਏ, ਹੁਣ ਨਹੀਂ ਆਉਂਦਾ ਤੇਰੇ ਘਰੇ। ਆਏ ਨਹੀਂ ਨਾਥਾ, ਇਸ ਘਰੇ ਨਹੀਂ ਜਾਣਾ, ਇੱਥੇ ਜਾਣ ਨੂੰ ਖਤਰਾ, ਅੱਗੇ ਚੱਲਦੇ ਹਾਂ। ਉਹ ਗਈ ਤਰ ਗਏ ਕਈਆਂ ਨੇ ਤਰ ਜਾਣਾ, ਆਏ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਆਏ ਜਿਨ੍ਹਾਂ ਨੇ ਤੇਰਾ ਨਾਮ ਜਪਿਆ। ਉਹ ਕਈ ਤਰ ਗਏ ਕਈਆਂ ਨੇ ਤਰ ਜਾਣਾ, ਜਿਨ੍ਹਾਂ ਨੇ ਤੇਰਾ ਨਾਮ ਜਪਿਆ। ਆਏ ਭਗਤਾ ਕਰੀਆਂ, ਉਹ ਆ ਜਾ ਬਾਬਾ ਕਰੀਆਂ। ਖੈਰ ਪਾਓ ਭਾਈ ਭਗਤਾਂ ਨੂੰ, ਭਾਗ ਲੱਗੇ ਰਹਿਣ, ਗੱਡੀਆਂ ਤੇਰੀਆਂ ਚੱਲਦੀਆਂ ਰਹਿਣ। ਭਗਤਾ ਭੁੱਖ ਲੱਗੀ ਆ, ਭੋਜਨ ਕਰਾ ਜਵਾਬਿਆਂ ਨੂੰ। ਬਾਬਾ ਆ ਕੀ ਸ਼ਿਕਾਰੀ ਕੁੱਤੇ ਵਾਂਗੂ ਸੁੱਕੀ ਜਾਂਦਾ। ਮੈਨੂੰ ਤੇਰੇ ਘਰੋਂ ਦੱਬੇ ਹੋਏ ਖਜ਼ਾਨੇ ਦੀ ਖੁਸ਼ਬੂ ਆਉਂਦੀ ਹੈ। ਖਜ਼ਾਨਾ? ਸਾਡੇ ਘਰੇ ਖਜ਼ਾਨਾ ਕਿਹੜਾ ਸਾਲਾ ਦੱਬ ਗਿਆ? ਖਜ਼ਾਨਾ ਤੇਰੇ ਘਰੇ ਖਜ਼ਾਨਾ ਛੁਪਿਆ ਹੋਇਆ। ਬਾਬਾ ਤੂੰ ਤਾਂ ਵਾਹਵਾ ਕਰਨੀ ਵਾਲਾ ਲੱਗਦਾ, ਤੇਰੇ ਪੈਰ ਕਿੱਥੇ ਆ? ਹੈ ਪੈਰ ਤਾਂ ਇੱਕ ਹੀ ਆ। ਚਲੋ ਕੋਈ ਗੱਲ ਨਹੀਂ, ਡਾਂਗ ਨੂੰ ਹੀ ਲਾ ਦਿੰਦੇ ਹਾਂ, ਸਾਡੇ ਘਰੇ ਤਾਂ ਡਾਂਗ ਹੀ ਲੈ ਕੇ ਆਈ ਆ। ਉਹ ਨਸੀਬੋ ਛੇਤੀ ਆ, ਉਹ ਨਸੀਬੋ ਸੁਣਦੀ ਆ ਛੇਤੀ ਆ, ਆ ਬਾਹਰ ਆ ਕੇ ਦੇਖ ਕੌਣ ਆਏ ਆ। ਕੀੜੀ ਦੇ ਘਰੇ ਨਰਾਇਣ ਆਏ ਆ। ਕੀੜੀ ਨੂੰ ਕੋਈ ਘਰੇ ਜਾਵੜਾ, ਆਏ ਨੀ ਸਕੂਲੋਂ ਜਵਾਕ, ਅਜੇ ਜਦੋਂ ਆ ਗਏ ਉਦੋਂ ਆ ਜੇ ਖੇਡਣ। ਉਹ ਮੇਰਾ ਮਤਲਬ ਕਹਿਣ ਦਾ, ਕੀੜੀ ਦੇ ਘਰੇ ਨਰਾਇਣ ਆਏ ਆ, ਬਾਬੇ ਆਏ ਆ ਬਾਬੇ। ਕਿਹੜੀ ਕੀੜੀ ਕਿਹੜਾ ਨਰਾਇਣ, ਅੱਗੇ ਇਕੱਲਾ ਕੀੜੀ ਤੰਗ ਕਰਦਾ ਸੀ, ਆ ਪਤਾ ਨੀ ਕਿਹੜਾ ਹੀ ਹੁਣ ਨਵਾਂ ਨਰਾਇਣ ਆ। ਉਹ ਮੇਰਾ ਮਤਲਬ ਕਹਿਣ ਦਾ, ਬਾਬੇ ਆਏ ਆ ਬਾਬੇ। ਉਹ ਤਾਂ ਮੈਨੂੰ ਵੀ ਦੀਂਦਾ, ਕੱਟੇ ਵਰਗੇ ਮੰਗਣ ਤੁਰ ਪੈਂਦੇ ਆ। ਲੱਗਦਾ ਇੱਥੇ ਜਾਣ ਚ ਹੀ ਫਾਇਦਾ। ਚੰਗਾ ਭਗਤਾ ਅਸੀਂ ਚੱਲਦੇ ਹਾਂ। ਇਹ ਉਹ ਠੱਗ ਬਾਬਾ ਨੀ, ਇਹ ਬਹੁਤ ਕਰਨੀ ਵਾਲਾ ਬਾਬਾ। ਇਹ ਕਹਿੰਦਾ ਆਪਣੇ ਘਰੇ ਖਜ਼ਾਨਾ ਦਾ ਵਿਆਹ ਖਜ਼ਾਨਾ। ਹੈਂ ਆਪਣੇ ਘਰੇ ਖਜ਼ਾਨਾ, ਹੁਣ ਕੀ ਕਰੀਏ, ਬਾਬਾ ਤਾਂ ਗੁੱਸੇ ਹੋ ਕੇ ਚਲੇ ਗਿਆ। ਕੀ ਗੱਲ ਬਾਬਾ ਗੁੱਸੇ ਹੋ ਗਿਆ, ਆ ਜਾ ਭੋਜਨ ਛੱਕ ਕੇ ਜਾਈ। ਹੁਣ ਪਾਜੂ ਗੱਲ। ਚੰਗਾ ਭਗਤਾ, ਜੇ ਤੂੰ ਕਹਿੰਦਾ ਤਾਂ ਛੱਕ ਲੈਨੇ ਆ। ਬਾਬਿਆਂ ਦੇ ਪੈਰੀ ਹੱਥ ਲਾ। ਬਾਬਿਆਂ ਦਾ ਪੈਰ ਤਾਂ ਇੱਕ ਹੀ ਆ। ਕੋਈ ਗੱਲ ਨੀ, ਇੱਕ ਡਾਂਗ ਨੂੰ ਲਾ ਦੇ, ਆਪਣੇ ਘਰੇ ਦਾ ਡਾਂਗ ਹੀ ਲੈ ਕੇ ਆਈ ਆ। ਬਾਬਾ ਜੀ ਮੈਨੂੰ ਨਿੱਕੀ ਜਿਹੀ ਬੱਚੀ ਸਮਝ ਕੇ ਮਾਫ ਕਰ ਦਿਓ। ਚੰਗਾ ਬੱਚਾ, ਤੈਨੂੰ ਨਿੱਕੀ ਬੱਚੀ ਸਮਝ ਕੇ ਮਾਫ ਕਰਤਾ। ਮੈਂ ਕੁਰਸੀ ਲੈ ਕੇ ਆਉਣੀ ਆ।
ਉਹ ਰਹਿਣ ਦੇ ਬੱਚਾ, ਬਾਬੇ ਥੱਲੇ ਹੀ ਠੀਕ ਰਹਿੰਦੇ ਆ। ਉਹ ਨਸੀਬੋ ਗੱਲ ਸੁਣ, ਜੋ ਵੀ ਦਾਲ ਸਬਜ਼ੀ ਬਣੀ ਆ ਨਾ ਉਹ ਵੀ ਲੈ ਆਈ, ਬਾਬਿਆਂ ਨੂੰ ਪ੍ਰਸ਼ਾਦਾ ਛਕਾਉਣਾ। ਕਿਹੜੀ ਸਬਜ਼ੀ, ਕਿਹੜੇ ਪ੍ਰਸ਼ਾਦੇ, 5 ਦਿਨ ਹੋ ਗਏ ਆਟਾ ਮੁੱਕੇ ਨੂੰ ਨਾ, ਆਪਾਂ ਨੂੰ ਆਪ ਕਿੰਨੇ ਦਿਨ ਹੋ ਗਏ ਲੰਗਰ ਖਾਧੇ ਨੂੰ, ਬਾਬੇ ਨੂੰ ਕਿੱਥੋਂ ਦੇਈਏ। ਬਾਬੇ ਨੂੰ ਕੁਛ ਤਾਂ ਖਵਾਉਣਾ ਹੀ ਪਊ, ਇਹਨੇ ਆਪਾਂ ਨੂੰ ਖਜ਼ਾਨਾ ਲੱਭ ਕੇ ਦੇਣਾ। ਉਹ ਇਹਨੇ ਤਾਂ ਆਪਦਾ ਨੱਕ ਵੀ ਘਸਾ ਲੈਣਾ। ਨਾ ਹੁਣ ਮੈਂ ਕੀ ਕਰਾਂ, ਮੈਂ ਆਪਣੀਆਂ ਲੱਤਾਂ ਵੱਢ ਕੇ ਖਵਾ ਦਿਆਂ ਬਾਬੇ ਨੂੰ। ਬਾਬੇ ਨੇ ਸੁਣ ਸੁਣ ਕੇ ਆਪਣੇ ਘਰ ਦੀ ਸਾਰੀ ਮਿੱਟੀ ਆਪਣੇ ਨੱਕ ਵਿੱਚ ਖਿੱਚ ਲੈਣੀ ਆ। ਚੰਗਾ, ਮੈਂ ਕਰਦੀ ਹਾਂ ਕੁਛ। ਜਾ ਜਾ ਛੇਤੀ ਕਰ ਕੁਛ। ਲੱਸੀ ਪੀਓ। ਪ੍ਰਸ਼ਾਦੇ ਹੈ ਨਹੀਂ ਸੀ, ਲੱਸੀ ਤਾਂ ਭਲਾ ਰਹਿਣ ਦਿੰਦੇ। ਇਹਦੇ ਵਿੱਚ ਵੀ ਖਜ਼ਾਨਾ ਹੋ ਸਕਦਾ, ਤੇ ਇੱਥੋਂ ਵੀ ਟੇਕ ਕੇ ਨਾ ਬੈਠਾ ਨਹੀਂ ਜਾਂਦਾ। ਆ ਪਿਆ ਗਲਾਸ। ਬਾਬਾ ਗਲਾਸ ਤਾਂ ਦਿਸ ਗਿਆ, ਹੁਣ ਖਜ਼ਾਨਾ ਕਦੋਂ ਦਿਸੂ। ਖਜ਼ਾਨਾ ਵੀ ਦੱਸ ਦਿੰਦੇ ਆ, ਪਰ ਇੱਕ ਸ਼ਰਤ ਹੈ। ਓਏ ਹੁਣ ਕਿਹੜੀ ਸ਼ਰਤ ਵਿੱਚ ਅੜ ਗਈ ਆ। ਬਾਬਾ ਸ਼ਰਤ ਜਿਹੜੀ ਮਰਜ਼ੀ ਰੱਖ ਲਾ, ਪਰ ਸਾਨੂੰ ਇਹ ਦੱਸ ਦੇ ਖਜ਼ਾਨਾ ਕਿੱਥੇ ਆ। ਜੋ ਵੀ ਖਜ਼ਾਨਾ ਤੁਹਾਡੇ ਘਰੋਂ ਨਿਕਲੂ, ਉਹਦੇ ਚੋਂ ਅੱਧਾ ਖਜ਼ਾਨਾ ਮੈਂ ਲਊ। ਉਹ ਲੈ ਲਈ ਯਾਰ, ਅੱਧ ਲੈ ਲਈ, ਖਜ਼ਾਨਾ ਤਾਂ ਲੱਭ ਜਿਹੜਾ ਸਾਲਾ ਸਾਰੀ ਉਮਰ ਸਾਨੂੰ ਨਹੀਂ ਲੱਭਾ। ਆਪਾਂ ਹੁਣੇ ਲੱਭ ਦਿੰਦੇ ਆ, ਇੱਥੇ ਆ ਖਜ਼ਾਨਾ। ਉਹ ਨਹੀਂ, ਜਾਂਚ ਤਾਂ ਪੂਰੀ ਹੋ ਲੈਣ ਦਿਓ। ਤੂੰ ਇੱਕ ਪਾਸੇ ਹੋ ਜਾ, ਤੇ ਇੱਥੋਂ ਵੀ ਟੇਕ ਕੇ ਨਹੀਂ ਬੈਠਿਆ ਜਾਂਦਾ। ਉਹ ਦਿਲ ਜਿਹਾ ਕਾਲਾ ਪਈ ਜਾਂਦਾ ਖਜ਼ਾਨਾ ਵੇਖਣ ਨੂੰ। ਰੱਬਾ ਲੱਭ ਜੇ ਖਜ਼ਾਨਾ, ਮੈਂ ਵੀ ਮਟੀ ਵਾਲੇ ਬਾਬੇ ਦੇ 2 ਰੁਪਈਆਂ ਦਾ ਪ੍ਰਸ਼ਾਦ ਚੜਾ ਕੇ ਆਉਂ। ਮੈਨੂੰ ਲੱਗਦਾ ਇਹਨੇ ਆਪਣੀ ਸਾਰੀ ਮਿੱਟੀ ਆਪਦੇ ਨੱਕ 'ਚ ਖਿੱਚ ਲੈਣੀ ਆ। ਇਹਦਾ ਤਾਂ ਨੱਕ ਵੀ ਕਿੱਡਾ ਵੱਡਾ। ਭਗਤੋ ਮਿਲ ਗਿਆ ਖਜ਼ਾਨਾ। ਬਾਬਾ ਮਿਲ ਗਿਆ ਖਜ਼ਾਨਾ। ਆਹਾ, ਇੱਥੇ ਆ ਖਜ਼ਾਨਾ। ਆਏ ਕਰੋ, ਇੱਕ ਕਈ ਤੇ ਇੱਕ ਰੱਸੇ ਦਾ ਇੰਤਜ਼ਾਮ ਕਰ ਲੋ। ਹਾਏ 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 ਹਾਏ, ਹੁਣ ਤਾਂ ਬਣ ਗਈ ਗੱਲ, ਹੁਣ ਤਾਂ ਆਪਾਂ ਵੀ ਅਮੀਰ ਹੋ ਜਾਵਾਂਗੇ। ਗੱਲਾਂ ਵੇ ਕੀ ਕਰਦੇ ਆ। ਮੈਂ ਤਾਂ ਹਾਰ ਖਰੀਦੂਗੀ, ਨਾਲੇ ਨਵਾਂ ਮੋਬਾਈਲ। ਮੈਂ ਤਾਂ ਮੋਟਰਸਾਈਕਲ ਲਊਂਗਾ ਨਵਾਂ। ਖੇਡੂਗੀ ਪਬਜੀ ਗੇਮ। ਤੂੰ ਖੇਡੀ ਜਾਈ ਪਬਜੀ ਗੇਮ, ਮੈਂ ਤਾਂ ਮੋਟਰਸਾਈਕਲ ਲਊਂਗਾ ਮੋਟਰਸਾਈਕਲ। ਉਹ ਖਰੀਦਦਾਰੀ ਫੇਰ ਕਰ ਲਿਓ, ਪਹਿਲਾਂ ਕਈ ਤੇ ਰੱਸੇ ਦਾ ਇੰਤਜ਼ਾਮ ਤਾਂ ਕਰ ਲਓ। ਖਜ਼ਾਨਾ ਧਰਤੀ 'ਚ ਥੋੜਾ ਟਾਈਮ ਹੀ ਰਹਿਣਾ।
ਉਹ ਜਾ ਭੱਜ ਕੇ ਰਾਜੇ ਕੇ ਘਰੋਂ ਰੱਸੀ ਲੈ ਕੇ ਆ ਤੇ ਇੱਕ ਗੱਲ ਦਾ ਧਿਆਨ ਰੱਖੀ, ਉਹਨਾਂ ਨੂੰ ਦੱਸੀ ਨਾ ਕਿ ਰੱਸੀ ਕੀ ਕਰਨੀ ਆ। ਜਾ ਭੱਜ ਕੇ ਰੱਸੀ ਲੈ ਕੇ ਆ। ਮੈਂ ਰੱਸੀ ਲੈ ਕੇ ਆਉਣੀ ਆ ਤੇ ਤੁਸੀਂ ਪੇਟੀ ਥੱਲੇ ਕਈ ਪਈ ਆ, ਤੁਸੀਂ ਉਹ ਲੈ ਕੇ ਆਓ। ਮਿਲ ਗਿਆ ਖਜ਼ਾਨਾ, ਇੱਥੇ ਆ ਖਜ਼ਾਨਾ, ਇੱਥੇ ਇੱਥੇ ਆ ਖਜ਼ਾਨਾ। ਉਹ ਸ਼ੁਕਰ ਆ ਰੱਬਾ ਲੱਭ ਗਿਆ ਖਜ਼ਾਨਾ। ਦੱਸੀ ਉਹ ਬਾਬਾ ਕਿੱਥੋਂ ਪਟਾ। ਉਹ ਖੜ ਜਾ, ਮੈਨੂੰ ਮੰਤਰ ਤਾਂ ਮਾਰ ਲੈਣ ਦੇ। ਇੱਥੇ ਆ ਖਜ਼ਾਨਾ। ਉੱਪਰ ਕਾਰ ਲਿਆ ਕੇ ਦੇਵਾਂ। ਉੱਪਰ ਕਾਰ ਨੂੰ ਮੈਂ ਕਿਹੜਾ ਸਕੂਲ ਪੜ੍ਹਦਾ। ਤੂੰ ਇੱਥੋਂ ਮਿੱਟੀ ਪੱਟ, ਇੱਟਾਂ ਕੱਢ ਤੇ ਕੱਢ ਲੈ ਖਜ਼ਾਨਾ। ਤੂੰ ਅੱਧਾ ਟੋਆ ਤਾਂ ਤੂੰ ਵੀ ਪੱਟੇਂਗਾ, ਅੱਧਾ ਖਜ਼ਾਨਾ ਤਾਂ ਤੂੰ ਵੀ ਲੈਣਾ। ਨਾ ਭਗਤਾ ਨਾ, ਇਹ ਤਾਂ ਮਿੱਟੀ ਉਹ ਹੀ ਪੜਦਾ ਹੁੰਦਾ ਜਿਹਦੇ ਘਰੇ ਖਜ਼ਾਨਾ ਮਿਲਦਾ ਹੁੰਦਾ। ਤੂੰ ਇੱਥੋਂ ਮਿੱਟੀ ਪੱਟ ਤੇ ਕੱਢ ਖਜ਼ਾਨਾ। ਵੇ ਇੱਥੋਂ ਕਿਉਂ ਪੱਟੀ ਜਾਣਾ, ਇੱਥੇ ਹੈ ਨੀ ਖਜ਼ਾਨਾ। ਖਜ਼ਾਨਾ ਇੱਥੇ ਹੀ ਆ, ਆ ਵੇਖ ਲਾ ਬਾਬਾ, ਤੇਰੇ ਤੇ ਯਕੀਨ ਨਹੀਂ ਇਹਨੂੰ। ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿ ਤਾ ਵੀ ਇੱਥੇ ਹੈ ਨੀ ਖਜ਼ਾਨਾ। ਉਹ ਖਜ਼ਾਨਾ ਇੱਥੇ ਹੀ ਆ। ਚੰਗਾ ਭਗਤੋ, ਜੇ ਨਹੀਂ ਯਕੀਨ ਤਾਂ ਅਸੀਂ ਜਾਣੇ ਆ। ਇੱਥੇ ਹੈ ਨੀ ਖਜ਼ਾਨਾ। ਤੈਨੂੰ ਬਾਹਲਾ ਪਤਾ, ਜਦੋਂ ਬਾਬੇ ਨੇ ਦੱਸਿਆ ਵੀ ਇੱਥੇ ਹੀ ਆ ਖਜ਼ਾਨਾ, ਐਵੇਂ ਮਾਰੀ ਜਾਂਦੀ ਆ। ਲੈ ਦੱਸ ਵੀ ਇੱਥੇ ਤਾਂ ਲੈਟਰਿਨ ਵਾਲੀ ਖੂਹੀ ਆ ਜਿਹੜੀ ਤੇਰੀ ਹੱਗ ਹੱਗ ਕੇ ਭਰੀ ਆ। ਉਹ ਖੱਡੀ ਬਾਬਾ ਮੈਨੂੰ ਬੁੱਧੂ ਬਣਾ ਗਿਆ। ਤੇ ਹੋਰ ਕੀ। ਉਹ ਬਾਬਾ ਆਪਦਾ ਖਜ਼ਾਨਾ ਲੈ ਜਾ, ਉਹ ਮੇਰਾ ਹਿੱਸਾ ਵੀ ਤੂੰ ਹੀ ਰੱਖ ਲਾ।